ਦੇ ਪਿੰਡ ਚ ਆਇਆ ਅਮਰਤਪਾਲ ਜਿੰਨੇ ਸਾਡੇ ਲਾਗੇ ਪਿੰਡ ਆ ਸਾਰੇ ਨੌਜਵਾਨ ਸਾਰੇ ਭੱਜ ਗਏ ਉਧਰ ਨੂੰ ਉਹ ਜ਼ੀਰੋ ਆ ਜੇ ਇਹਨਾਂ ਨੂੰ ਸੋਝੀ ਹੈ ਨਹੀਂ ਗਿਆਨ ਨਹੀਂ ਹੈਗਾ ਕੋਈ ਵੀ ਆ ਜਾਣਗੇ ਕਿਤੇ ਨਹੀਂ ਜਾਂਦੇ ਖਾਲਿਸਤਾਨ ਬਣਾਉਣਾ ਆ ਜੂਏ ਸਾਡੇ ਨਾਲ ਰਲੇ ਇਹਨੂੰ ਕੀ ਹੋਇਆ ਬਈ ਉਹ ਜਿਹੜੇ ਨੇ ਨਾਲ ਬੈਠੇ ਨੇ ਸੱਚ ਦਾ ਰਾਜ ਖਾਲਿਸਤਾਨ ਦਾ ਰਾਜ ਸੱਚ ਹੱਕ ਸੱਚ ਦਾ ਰਾਜ ਕਬੂਲ ਕਰਨ ਵਾਲੇ ਨਹੀਂ ਹੈਗੇ ਨਾ ਨਾਲ ਨੇ ਇਹਦੇ ਚ ਕਿਸੇ ਦੀ ਗੱਲ ਹੀ ਨਹੀਂ ਹੱਕ ਸੱਚ ਗੁਰੂ ਨਾਨਕ ਦਾ ਮੁੰਡਾ ਹੀ ਨਹੀਂ ਨਾਲ ਉਹਦੇ ਕੀ ਕਰੇ ਨਸਬੋਂ ਪੰਜਵੇਂ ਪਾਤਸ਼ਾਹ ਦਾ ਭਾਈਓ ਦੁਸ਼ਮਣ ਹੈ ਮੀਣਾ ਉਹੀ ਉਹਨਾਂ ਨੂੰ ਉਹ ਕਰਾਉਂਦੇ ਅਸੀਂ ਅੱਜ ਸਾਰੇ ਇਕੱਠੇ ਕਰਦੇ ਸਾਡੇ ਨੇ ਦੁਸ਼ਮਣ ਤਾਂ ਉਹ ਨੇ ਸਾਡੇ ਦੁਸ਼ਮਣ ਤਾਂ ਸਾਡੇ ਅਕਾਲੀ ਨੇ ਜਿਹੜੇ ਚਾਹੁੰਦੇ ਨਹੀਂ ਸਿੱਖੀ ਵੇਚਤੀ ਉਹ ਹੁਣ ਦੇਖਦੇ ਨੇ ਕਿੰਨੇ ਧੜੇ ਨੇ ਬਾਦਲ ਦਾ ਦਲ ਹੈ ਗੁਰੂ ਦਾ ਤਾਂ ਹੈ ਹੀ ਨਹੀਂ ਫਿਰ ਉਹ ਤਾਂ ਜਿੰਨੇ ਸੰਤ ਨੇ ਸੰਤੇ ਲੈ ਕੇ ਫੌਜੀ ਇਹ ਤਿਆਰ ਕੀਤੇ ਨੇ ਵੀ ਅਕਾਲੀ ਪਾੜੇ ਨੇ ਉਹਨਾਂ ਨੇ ਤਾਂ ਮਹਾਰਾਜਾ ਕੀਤਾ ਸੀ ਕਾਂਗਰਸ ਨੇ ਜ਼ਿਆਦਾ ਬਣਾਤੇ ਹਵਾ ਦੇ ਕਿਉਂ ਵੋਟਾਂ ਫਾੜਨੀਆਂ ਤੀਆਂ ਫੜਦੀਆਂ ਤੁਹਾਡੀ ਰਾਧਾ ਸਵਾਮੀ ਇਹਨਾਂ ਨੇ ਪੈਦਾ ਕੀਤਾ ਜਾਂ ਵੋਟਾਂ ਵੱਲ ਜਾਓਗੇ ਸਿੱਖੀ ਛੱਡ ਖਤਮ ਹੋ ਗਈ ਜੇ ਵੋਟਾਂ ਤੋਂ ਹਟੋਗੇ ਮੇਰੇ ਆਲੇ ਦੁਆਲੇ ਇਕੱਠੇ ਕਿਉਂ ਹੁੰਦੇ ਹੋ ਬਈ ਮੈਂ ਕੋਈ ਦਿੰਦਾ ਤੁਹਾਨੂੰ ਹੈ ਜਿਹੜੀ ਨਵੀਂ ਫੌਜ ਹੈ ਜੀ ਹੁਣ ਜਿਹੜੇ ਭਰਤੀ ਹੁਣ ਹੋਣੇ ਆ ਪਹਿਲੀ ਕਲਾਸ ਤੋਂ ਸ਼ੁਰੂ ਕਰਨਾ ਭਰਤੀ ਉਹਨੇ ਕਿਹਨੇ ਕਰਨੇ ਨੇ ਭਰਤੀ ਗੁਰੂ ਦੇ ਕੋਲ ਭਰਤੀ ਉਹਨੇ ਗੁਰੂ ਹੁਣ ਚਾਹੁੰਦੇ ਸਿੱਖੀ ਤਾਂ ਤੁਹਾਡੇ ਅੰਦਰ ਹੈ ਗੁਰੂ ਦੀ ਗੱਲ ਸੁਣੀ ਜੰਮਿਆ ਬਸ ਆਹ ਗੱਲ ਹੈ ਇਹਨੂੰ ਕੀ ਹੋਇਆ ਤੁਸੀਂ ਕਹਿੰਦੇ ਸਿੱਖ